ਸਵਾਗਤ ਹੈ ਦੋਸਤੋ ਤੁਹਾਡਾ ਇੰਪਲੀਮੈਂਟਿੰਗ ਫਾਰਮਰਸ 'ਤੇ। ਅੱਜ ਆਪਾਂ ਗੱਲ ਕਰਾਂਗੇ ਟੈਬਲੇਟ ਪੀਜੀ ਕੇਅਰ ਬਾਰੇ। ਇਹ ਟੈਬਲੇਟ ਮੱਝਾਂ ਗਾਵਾਂ ਨੂੰ ਆਪਾਂ ਜਦੋਂ ਰਿਪੀਟ ਬਰੀਡਿੰਗ ਕਰਦੀਆਂ ਹੀਟ 'ਚ ਨਹੀਂ ਆਉਂਦੀਆਂ, ਅਤੇ ਹੀਟ 'ਚ ਲਿਆਉਣ ਵਾਸਤੇ ਰਿਪੀਟ ਬਰੀਡਿੰਗ ਤੋਂ ਬਚਾਉਣ ਵਾਸਤੇ ਇਹ ਬਹੁਤ ਹੀ ਵਧੀਆ ਟੈਬਲੇਟ ਹੈ। ਮੈਂ ਆਪਣੇ ਐਨੀਮਲ ਨੂੰ ਦਿੱਤੀ ਹੋਈ ਆ। ਇਹ ਥੋੜ੍ਹੀ ਹਾਰਡ ਹੁੰਦੀ ਹੈ, ਇਸ ਲਈ ਤੁਸੀਂ ਇਸ ਨੂੰ ਕੁੱਟ ਕੇ ਦੇ ਸਕਦੇ ਹੋ। ਇਸ ਵਿੱਚ ਬਹੁਤ ਹੀ ਸਾਰੇ ਮਿਨਰਲਸ ਵਿਟਾਮਿਨਸ ਪਾਏ ਹੋਏ ਨੇ, ਜੋ ਕਿ ਤੁਹਾਡੇ ਐਨੀਮਲ ਦੀ ਵਿਟਾਮਿਨ ਮਿਨਰਲਸ ਦੀ ਡੈਫੀਸ਼ੈਂਸੀ ਨੂੰ ਦੂਰ ਕਰਨਗੇ। ਇਹ ਟੈਬਲੇਟ ਨੂੰ ਤੁਸੀਂ ਕੁੱਟ ਕੇ ਆਪਣੇ ਐਨੀਮਲ ਨੂੰ ਖਵਾ ਸਕਦੇ ਜੇ। ਸਬੂਤੀ ਐਨੀਮਲ ਕੱਢ ਦਿੰਦੇ, ਥੋੜ੍ਹੀ ਹਾਰਡ ਹੁੰਦੀ ਆ, ਇਸ ਲਈ ਆਟੇ ਦੇ ਪੇੜੇ 'ਚ ਚਾਹੇ ਉਹ ਤਾਂ ਤੁਸੀਂ ਰੋਟੀ 'ਚ ਖਵਾ ਸਕਦੇ ਜੇ। ਹਾਂਜੀ, ਆਉਣ ਵਾਲੀਆਂ ਵੀਡੀਓ ਦੀ ਜਾਣਕਾਰੀ ਚੈਨਲ ਨੂੰ ਕਰ ਲਓ ਸਬਸਕ੍ਰਾਈਬ, ਬੈੱਲ ਆਈਕਾਨ ਨੂੰ ਕਰ ਲਓ ਪ੍ਰੈਸ, ਤਾਂ ਕਿ ਆਉਣ ਵਾਲੀਆਂ ਵੀਡੀਓ ਦੀ ਜਾਣਕਾਰੀ ਤੁਹਾਨੂੰ ਜਲਦੀ ਤੋਂ